ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਤਿੰਨ ਸੂਬਿਆਂ ਦੇ ਵਿੱਚ ਜਿਹੜੀ ਬੈਠਕ ਚੱਲ ਰਹੀ ਸੀ ਉਹ ਬੈਠਕ ਜਿਹੜੀ ਹੈ ਹੁਣ ਖਤਮ ਹੋ ਚੁੱਕੀ ਹੈ। ਅਨਮੋਲ ਗਗਨ ਮਾਨ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮੀਟਿੰਗ ਦੇ ਵਿੱਚ ਜਿਸ ਢੰਗ ਦੇ ਨਾਲ ਜਿਹੜਾ ਏਜੰਡਾ ਰੱਖਿਆ ਹੋਇਆ ਸੀ, ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਮੈਟਰੋ ਪ੍ਰੋਜੈਕਟ ਸੀ ਉਸ ਨੂੰ ਲੈ ਕੇ ਜਿਹੜਾ ਏਜੰਡਾ ਰੱਖਿਆ ਹੋਇਆ ਸੀ, ਉਸ ਏਜੰਡੇ ਨੂੰ ਲੈ ਕੇ ਕੀ ਕੁਛ ਮੀਟਿੰਗ ਦੇ ਵਿੱਚ ਹੋਇਆ, ਕਿਉਂਕਿ ਤਿੰਨ ਸੂਬਿਆਂ ਦੀ ਮੀਟਿੰਗ ਸੀ। ਔਰ ਬਿਲਕੁਲ ਅਨਮੋਲ ਗਗਨ ਮਾਨ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਆਖਿਰ ਉਹ ਕੀ ਕੁਛ ਕਹਿੰਦੇ ਨੇ ਇਸ ਮੀਟਿੰਗ ਨੂੰ ਲੈ ਕੇ, ਕਿਸ ਢੰਗ ਦੀ ਚਰਚਾ ਹੋਈ ਹੈ ਇਸ ਮੀਟਿੰਗ ਦੇ ਵਿੱਚ, ਔਰ ਓਵਰਆਲ ਫੈਸਲੇ ਕੀ ਕੁਛ ਹੋਏ ਨੇ, ਕਿਉਂਕਿ ਅਹਿਮ ਮੀਟਿੰਗ ਹੈ। ਅਹਿਮ ਮੀਟਿੰਗ ਤੋਂ ਬਾਅਦ ਅਨਮੋਲ ਗਗਨ ਮਾਨ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਬਾਹਰ ਆ ਰਹੇ ਨੇ। ਦੇਖੋ ਚੰਡੀਗੜ੍ਹ ਦਾ ਜਿਹੜਾ ਕੰਪ੍ਰੀਹੈਂਸਿਵ ਮੋਬਿਲਿਟੀ ਪਲਾਨ ਬਣਾਇਆ ਜਾ ਰਿਹਾ ਜਿਹਦੇ 'ਚ ਟ੍ਰਾਈ ਸਿਟੀ ਨੂੰ ਇੰਕਲੂਡ ਕੀਤਾ ਗਿਆ। ਚੰਡੀਗੜ੍ਹ ਤੋਂ ਮੈਟਰੋ ਪਾਉਣ ਦਾ ਅਤੇ ਨਵੇਂ ਬੱਸਿਸ ਰੂਟ ਬਣਾਉਣ ਦਾ ਪਲਾਨ ਹੈ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਬਿਊਟੀਫੁੱਲ ਸਿਟੀ ਹੈ ਅਤੇ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਵਧਣ ਦਾ ਅਤੇ ਆਸ ਪਾਸ ਦੇ ਏਰੀਏ 'ਤੇ ਉਹਦਾ ਅਸਰ ਪੈਣ ਦਾ ਬਹੁਤ ਸੰਭਾਵਨਾਵਾਂ ਹੈਗੀਆਂ ਨੇ। ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹ ਪਲਾਨ ਬਣਾਇਆ ਜਿਹਦੇ 'ਚ ਮੋਹਾਲੀ ਜ਼ਿਲ੍ਹੇ ਨੂੰ ਇੰਕਲੂਡ ਕੀਤਾ ਗਿਆ, ਜੀਰਕਪੁਰ ਤੋਂ ਲੈ ਕੇ ਮੋਹਾਲੀ ਦੇ ਹੋਰ ਸਾਰਾ ਜਿਹੜਾ ਏਰੀਆ ਇੱਧਰੋਂ ਪੰਚਕੂਲਾ ਤੱਕ ਤੋਂ। ਸੋ ਉਹਦੇ ਲਈ ਜਿਹੜੇ ਸਾਰੇ ਆਏ ਹੋਏ ਸੀ, ਸੋ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਉਹ ਦਿੱਤੀ ਗਈ ਹੈ। ਅਤੇ ਪੰਜਾਬ ਦੇ ਵਿੱਚ ਕਾਫੀ ਜਿਹੜੇ ਨਵੇਂ ਬੱਸ ਰੂਟਸ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਤੇ ਮੈਟਰੋ ਦੇ ਰੂਟਸ ਆ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚਲਾਏ ਜਾਣ। ਅਨਮੋਲ ਜੀ, ਅੱਜ ਤੁਹਾਡੀ ਸਰਕਾਰ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈਗਾ, ਕਿਵੇਂ ਦੇਖ ਰਹੇ ਹੋ? ਕੱਲ ਮੰਤਰੀ ਮੰਡਲ 'ਚ ਫੇਰ ਬਦਲ ਕੀਤਾ ਗਿਆ, ਨਵੇਂ ਡਿਪਾਰਟਮੈਂਟ ਕੁਛ ਮੰਤਰੀਆਂ ਕੋਲ ਆਏ, ਕੁਛ ਕੋਲੋਂ ਵਾਪਸ ਲੈ ਲਏ ਗਏ ਨੇ ਜੀ। ਦੇਖੋ ਇਹ ਸੀਐਮ ਸਾਹਿਬ ਟਾਈਮ ਟੂ ਟਾਈਮ ਜੋ ਵੀ ਇਹ ਹੁੰਦਾ ਰਹਿੰਦਾ ਸਰਕਾਰਾਂ ਦੇ ਵਿੱਚ ਕਿ ਮਾਹੌਲ ਨੂੰ ਦੇਖਦੇ ਹੋਏ ਅਤੇ ਸਾਰਾ ਕੁਛ। ਸਾਲ ਹੋ ਗਿਆ ਜੀ ਸਾਡੀ ਸਰਕਾਰ ਬਣੇ ਨੂੰ, ਬੜੀ ਮਿਹਨਤ ਨਾਲ ਲੱਗੇ ਹੋਏ ਹਾਂ ਅਤੇ ਅੱਗੇ ਵੀ ਜਿੰਨੀ ਸਪੀਡ ਨਾਲ ਕੰਮ ਸਾਲ ਦੇ ਵਿੱਚ ਕੀਤਾ ਹੁਣ ਜਿਹੜੀ ਸਪੀਡ ਹੈ ਹੋਰ ਜ਼ਿਆਦਾ ਤੇਜ਼ ਕਰਾਂਗੇ। ਅਨਮੋਲ ਜੀ, ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ, ਕੋਟਪੁਰਾ ਗੋਲੀਕਾਂਡ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਹੈ ਔਰ ਸੁਖਬੀਰ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਠੀਕ ਹੈ ਜੀ, ਜਿੱਦਾਂ ਕੋਰਟ ਦਾ ਫੈਸਲਾ ਵਿਖਾ ਰਹੇ ਹਾਂ ਜਿਸ ਢੰਗ ਦੇ ਨਾਲ ਤਿੰਨ ਸੂਬਿਆਂ ਦੇ ਵਿੱਚ ਜਿਹੜੀ ਬੈਠਕ ਚੱਲ ਰਹੀ ਸੀ ਉਹ ਬੈਠਕ ਜਿਹੜੀ ਹੈ ਹੁਣ ਖਤਮ ਹੋ ਚੁੱਕੀ ਹੈ। ਅਨਮੋਲ ਗਗਨ ਮਾਨ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮੀਟਿੰਗ ਦੇ ਵਿੱਚ ਜਿਸ ਢੰਗ ਦੇ ਨਾਲ ਜਿਹੜਾ ਏਜੰਡਾ ਰੱਖਿਆ ਹੋਇਆ ਸੀ, ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜਿਹੜਾ ਮੈਟਰੋ ਪ੍ਰੋਜੈਕਟ ਸੀ ਉਸ ਨੂੰ ਲੈ ਕੇ ਜਿਹੜਾ ਏਜੰਡਾ ਰੱਖਿਆ ਹੋਇਆ ਸੀ, ਉਸ ਏਜੰਡੇ ਨੂੰ ਲੈ ਕੇ ਕੀ ਕੁਛ ਮੀਟਿੰਗ ਦੇ ਵਿੱਚ ਹੋਇਆ, ਕਿਉਂਕਿ ਤਿੰਨ ਸੂਬਿਆਂ ਦੀ ਮੀਟਿੰਗ ਸੀ। ਔਰ ਬਿਲਕੁਲ ਅਨਮੋਲ ਗਗਨ ਮਾਨ ਜਿਹੜੇ ਨੇ ਉਹ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਆਖਿਰ ਉਹ ਕੀ ਕੁਛ ਕਹਿੰਦੇ ਨੇ ਇਸ ਮੀਟਿੰਗ ਨੂੰ ਲੈ ਕੇ, ਕਿਸ ਢੰਗ ਦੀ ਚਰਚਾ ਹੋਈ ਹੈ ਇਸ ਮੀਟਿੰਗ ਦੇ ਵਿੱਚ, ਔਰ ਓਵਰਆਲ ਫੈਸਲੇ ਕੀ ਕੁਛ ਹੋਏ ਨੇ, ਕਿਉਂਕਿ ਅਹਿਮ ਮੀਟਿੰਗ ਹੈ। ਅਹਿਮ ਮੀਟਿੰਗ ਤੋਂ ਬਾਅਦ ਅਨਮੋਲ ਗਗਨ ਮਾਨ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਬਾਹਰ ਆ ਰਹੇ ਨੇ। ਦੇਖੋ ਚੰਡੀਗੜ੍ਹ ਦਾ ਜਿਹੜਾ ਕੰਪ੍ਰੀਹੈਂਸਿਵ ਮੋਬਿਲਿਟੀ ਪਲਾਨ ਬਣਾਇਆ ਜਾ ਰਿਹਾ ਜਿਹਦੇ 'ਚ ਟ੍ਰਾਈ ਸਿਟੀ ਨੂੰ ਇੰਕਲੂਡ ਕੀਤਾ ਗਿਆ। ਚੰਡੀਗੜ੍ਹ ਤੋਂ ਮੈਟਰੋ ਪਾਉਣ ਦਾ ਅਤੇ ਨਵੇਂ ਬੱਸਿਸ ਰੂਟ ਬਣਾਉਣ ਦਾ ਪਲਾਨ ਹੈ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਬਿਊਟੀਫੁੱਲ ਸਿਟੀ ਹੈ ਅਤੇ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਵਧਣ ਦਾ ਅਤੇ ਆਸ ਪਾਸ ਦੇ ਏਰੀਏ 'ਤੇ ਉਹਦਾ ਅਸਰ ਪੈਣ ਦਾ ਬਹੁਤ ਸੰਭਾਵਨਾਵਾਂ ਹੈਗੀਆਂ ਨੇ। ਸੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇਹ ਪਲਾਨ ਬਣਾਇਆ ਜਿਹਦੇ 'ਚ ਮੋਹਾਲੀ ਜ਼ਿਲ੍ਹੇ ਨੂੰ ਇੰਕਲੂਡ ਕੀਤਾ ਗਿਆ, ਜੀਰਕਪੁਰ ਤੋਂ ਲੈ ਕੇ ਮੋਹਾਲੀ ਦੇ ਹੋਰ ਸਾਰਾ ਜਿਹੜਾ ਏਰੀਆ ਇੱਧਰੋਂ ਪੰਚਕੂਲਾ ਤੱਕ ਤੋਂ। ਸੋ ਉਹਦੇ ਲਈ ਜਿਹੜੇ ਸਾਰੇ ਆਏ ਹੋਏ ਸੀ, ਸੋ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਉਹ ਦਿੱਤੀ ਗਈ ਹੈ। ਅਤੇ ਪੰਜਾਬ ਦੇ ਵਿੱਚ ਕਾਫੀ ਜਿਹੜੇ ਨਵੇਂ ਬੱਸ ਰੂਟਸ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਅਤੇ ਮੈਟਰੋ ਦੇ ਰੂਟਸ ਆ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਚਲਾਏ ਜਾਣ। ਅਨਮੋਲ ਜੀ, ਅੱਜ ਤੁਹਾਡੀ ਸਰਕਾਰ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈਗਾ, ਕਿਵੇਂ ਦੇਖ ਰਹੇ ਹੋ? ਕੱਲ ਮੰਤਰੀ ਮੰਡਲ 'ਚ ਫੇਰ ਬਦਲ ਕੀਤਾ ਗਿਆ, ਨਵੇਂ ਡਿਪਾਰਟਮੈਂਟ ਕੁਛ ਮੰਤਰੀਆਂ ਕੋਲ ਆਏ, ਕੁਛ ਕੋਲੋਂ ਵਾਪਸ ਲੈ ਲਏ ਗਏ ਨੇ ਜੀ। ਦੇਖੋ ਇਹ ਸੀਐਮ ਸਾਹਿਬ ਟਾਈਮ ਟੂ ਟਾਈਮ ਜੋ ਵੀ ਇਹ ਹੁੰਦਾ ਰਹਿੰਦਾ ਸਰਕਾਰਾਂ ਦੇ ਵਿੱਚ ਕਿ ਮਾਹੌਲ ਨੂੰ ਦੇਖਦੇ ਹੋਏ ਅਤੇ ਸਾਰਾ ਕੁਛ। ਸਾਲ ਹੋ ਗਿਆ ਜੀ ਸਾਡੀ ਸਰਕਾਰ ਬਣੇ ਨੂੰ, ਬੜੀ ਮਿਹਨਤ ਨਾਲ ਲੱਗੇ ਹੋਏ ਹਾਂ ਅਤੇ ਅੱਗੇ ਵੀ ਜਿੰਨੀ ਸਪੀਡ ਨਾਲ ਕੰਮ ਸਾਲ ਦੇ ਵਿੱਚ ਕੀਤਾ ਹੁਣ ਜਿਹੜੀ ਸਪੀਡ ਹੈ ਹੋਰ ਜ਼ਿਆਦਾ ਤੇਜ਼ ਕਰਾਂਗੇ। ਅਨਮੋਲ ਜੀ, ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ, ਕੋਟਪੁਰਾ ਗੋਲੀਕਾਂਡ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਮਾਨਤ ਦੇ ਦਿੱਤੀ ਹੈ ਔਰ ਸੁਖਬੀਰ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਠੀਕ ਹੈ ਜੀ, ਜਿੱਦਾਂ ਕੋਰਟ ਦਾ ਫੈਸਲਾ ਸਿਰਬੱਤ ਹੈ ਉਹ ਕੋਰਟ ਨੇ ਫੈਸਲਾ